ਐ ਕੀ ਡਰਾਮੇਬਾਜ਼ੀ ਬਿਲਾ ਵਜ੍ਹਾ ਆਇਆ ਮੈਂ ਖਾਲੀ ਟੋਕਨ ਰੱਖੀਆਂ ਕਾਰੋਬਾਰ ਕਾਰੋਬਾਰ ਕਿੱਥੇ ਕਾਰੋਬਾਰ ਹੈਗਾ ਕਾਹਦਾ ਕਾਰੋਬਾਰ ਕਰ ਰਹੇ ਜੇ ਭਾਈ ਜਾਨ ਕਾਹਦਾ ਕਾਰੋਬਾਰ ਸਾਹਿਬ ਭਾਵੇਂ ਧੱਕੇ ਨਾ ਮਾਰੀ ਜੋ ਟੋਕਰੀਆਂ ਨੇ ਉਹਲਾ ਦੇ ਬੰਦੇ ਹੋਏ ਦੇ ਵਿੱਚ ਅਸੀਂ ਮੁਰਗੀਆਂ ਡਿਲੀਵਰ ਕਰਨੇ ਆ ਇਹਨਾਂ ਦੇ ਮੁਰਗੀਆਂ ਇਹਨਾਂ ਦੇ ਮੁਰਗੀਆਂ ਆ ਸਾਹਿਬ ਇੰਨੀ ਟੋਕਰੀ ਇੰਨੀਆਂ ਮੁਰਗੀਆਂ ਆ ਬਸ ਸਾਹਿਬ ਐ 2-3 ਦਿਨ ਤੋਂ ਬਾਅਦ ਸਾਡੇ ਕੋਲ ਇੰਨੀਆਂ ਟੋਕਰੀਆਂ ਫਿਰ ਨਵੀਆਂ ਆ ਜਾਂਦੀਆਂ ਨੇ ਇਹ ਸਾਰਾ ਅੰਡਾ ਅਸਲੀ ਪਿਆ ਜੀ ਅਸਲੀ ਆ ਸਾਹਿਬ ਹੋਰ ਆਹ ਕੋ ਲੈ ਲੈਂਦੇ ਬਣਵਾਏ ਨੇ ਇਹ ਵੇਖੋ नहीं तोड़े देना असली अंडा है माशाल्लाह मुर्गी कितनी है इस टाइम खड़ी है मुर्गी है साहब साढ़े को इस टाइम 1800 खड़ी है तो किसी होर भरा ने भी कुछ 100-150 कारोबार वास्ते जनाब क्यों नहीं जेड़ा भरा सर ना राबता करेगा असी देंगे ਮੁਰਗੀ ਦਾ ਵਜ਼ਨ 1600 ਗ੍ਰਾਮ ਤੇ ਮੁਰਗੀ ਕਿੱਥੋਂ ਕਿੱਥੋਂ ਤੱਕ ਜਾ ਸਕਦੀ ਹੈ ਮੁਰਗੀ ਆ ਬਸ ਸਾਹਿਬ ਹਿੰਦ ਸਿੰਧ ਲੈ ਬਈ ਪਾਕਿਸਤਾਨ ਤੋਂ ਬਾਹਰ ਵੀ ਨਾ ਜੀ ਹਿੰਦ ਸਿੰਧ ਉਹ ਕੀ ਹਿੰਦ ਤੋਂ ਲਾ ਕੇ ਸਿੰਧ ਦੇ ਬਾਰਡਰ ਤੇ ਕਨ ਅੱਛਾ ਮਤਲਬ ਕਿ ਪੂਰੇ ਪਾਕਿਸਤਾਨ ਵਿੱਚ ਚਾਰਾਂ ਸੂਬਿਆਂ 'ਚ ਜਿੱਥੇ ਕੋਈ ਚਾਹੇ ਗੱਡੀ ਜਾਂਦੀ ਹੋਣੀ ਚਾਹੀਦੀ ਹੈ ਲਾਹੌਰ ਗੁਜਰਾਲੇ ਤੋਂ ਕਿੰਨੇ ਅੰਡੇ ਦੇ ਸਕਦੇ ਇਸ ਮੁਰਗੀ ਦੇ ਅੰਡੇ ਦੀ ਪ੍ਰੋਡਕਸ਼ਨ ਦਾ ਕੀ ਹਿਸਾਬ ਸਾਹਿਬ ਇਹਦੀ ਪ੍ਰੋਡਕਸ਼ਨ ਜਿਹੜੀ 90% ਹੈ ਕੋਈ ਬੰਦਾ ਵੀ 100 ਮੁਰਗੀ ਰੱਖ ਕੇ 90 ਅੰਡੇ ਮੁਰਗੀ ਕੋਲ ਲੈ ਸਕਦਾ ਨਾ ਮੁਰਗੀ ਦੇ ਮੁਰਗੀ ਦੀ ਮੈਨੇਜਮੈਂਟ ਅੱਛੀ ਕਰੇ ਨਾ ਦੇ ਸੀ ਜ਼ਿੰਮੇਦਾਰ ਇਹ ਕਾਰੋਬਾਰ ਕਿਹਦਾ ਹੈ ਕਾਰੋਬਾਰ ਆ ਸਾਹਿਬ ਹੈ ਤੇ ਮੱਠਾ ਹੀ ਹੈ ਪਈਆ 50-60 ਹਜ਼ਾਰ ਬਣ ਜਾਂਦਾ ਮਹੀਨੇ ਦਾ ਫਿਰ ਕਾਹਦਾ ਮੱਠਾ 2-2.5 ਲੱਖ ਰੁਪਈਆ ਲਾ ਕੇ ਮਾਸ਼ਾਅੱਲਾ ਓਏ ਆ ਸਾਹਿਬ ਲੋਕੀ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਨਾ ਅੰਦਰ ਕਰੋੜਾਂ ਹੋਣ ਕਰੋੜਾਂ ਨਹੀਂ ਹੁੰਦੇ ਨਹੀਂ ਇੱਜ਼ਤ ਦੀ ਰੋਜ਼ੀ ਚਾਹੀਦੀ ਇੱਜ਼ਤ ਦੀ ਰੋਜ਼ੀ ਜਿਹੜੇ ਬੰਦੇ ਕਮਾਣੀ ਉਹਨਾਂ ਲੋਕਾਂ ਵਾਸਤੇ ਕਾਰੋਬਾਰ ਜਿਹੜੇ 2 ਨੰਬਰ ਤਰੀਕੇ ਨਾਲ ਪੈਸਾ ਕਮਾ ਲੈ ਲੈਣ ਉਹਨਾਂ ਵਾਸਤੇ ਨਹੀਂ ਮੁਰਗੀ ਕਿਹੜੀ ਹੈ ਸੱਚ ਨਾ ਕੀ ਮੁਰਗੀ ਦਾ ਲੋਮਨ ਬ੍ਰਾਊਨ ਜਰਮਨ ਬਰੀਡ ਫਰਕ ਕੀ ਦੂਜੀਆਂ ਮੁਰਗੀਆਂ ਦਾ ਦਿੰਦਾ ਸਰ ਉਹ ਦਿੰਦੀ ਏ ਉਂਝੇ ਸਮਝੋ ਕਿ ਉਹ ਜਿਹੜਾ ਸਮਝ ਲਓ ਤੁਸੀਂ ਕਿ ਉਹ 100 ਜੇ ਤੁਹਾਨੂੰ 60 ਅੰਡੇ ਆਉਣੇ ਨੇ ਠੀਕ ਹੈ ਘਰ ਵਿੱਚ ਜਾ ਕੇ 60 ਵੀ ਨਹੀਂ ਜੇ ਹੁੰਦੇ ਉਹਨੇ ਘਰ ਵਿੱਚ ਜਾ ਕੇ 40-45 ਅੰਡੇ ਦੇਣ 100 ਮੁਰਗੀ ਦੇ ਇੰਨੇ ਘਰ ਜਾ ਕੇ ਘਰੇਲੂ ਲੈਵਲ ਤੇ ਵੀ ਤੁਹਾਨੂੰ 80-90 ਅੰਡੇ ਦੇਈ ਜਾਣੇ ਨੇ ਵਾਹ ਕੀ ਬਾਤ ਜਿਹੜੇ ਬੰਦਾ ਕੇਅਰ ਸਹੀ ਨਹੀਂ ਕਰਦਾ ਉਹਨੂੰ ਵੀ 80-90 ਅੰਡੇ ਆ ਜਾਣੇ ਸਹੀ ਅੱਛਾ ਫਾਰਮ ਕਿੱਡਾ ਬਣਾਉਣਾ ਹੋਊਗਾ 100 ਮੁਰਗੀ ਵਾਸਤੇ 100 ਮੁਰਗੀ ਆ ਬਸ ਆਪ ਘਰ ਦੇ ਕਿਸੇ ਇੱਕ ਕਮਰੇ 'ਚ ਰੱਖ ਲਓ ਬਰਾਮਦੇ 'ਚ ਰੱਖ ਲਓ ਉਹ ਮਰਨਾ ਜਾਣ ਦੀਆਂ ਉਹ ਨਹੀਂ ਆ ਬਸ ਆਪ ਕੀ ਹੋ ਗਿਆ ਜੇ ਨਹੀਂ ਮਰਦੀਆਂ ਅੱਛਾ 2 ਬਾਲੇ 1 ਗੁੱਠੇ ਗੱਡ ਕੇ ਜਾਲੀ ਲਾ ਕੇ ਉੱਤੇ ਛਾਪਰ ਲਾ ਕੇ ਉਹਦੇ ਹੀ ਰੱਖ ਲਓ ਇਹ ਕੀ ਖਾ ਕੇ ਅੰਡਾ ਦਿੰਦੀਆਂ ਨੇ ਫੀਡ ਕਿਹੜੀ 13 ਨੰਬਰ 13 ਨੰਬਰ ਕਿਵੇਂ ਦੀ ਹੁੰਦੀ ਆ ਦੱਸ ਦਿਓ ਇਹ ਵੀ 13 ਨੰਬਰ ਫੀਡ ਪਾਈ ਜਾਂ ਆਟਾ ਪਾਈ 13 ਨੰਬਰ ਫੀਡ ਆ ਫਸਾਬ ਤੁਹਾਨੂੰ ਵਹਾ ਦਿੰਨੇ ਆ ਇਹ 13 ਨੰਬਰ ਫੀਡ ਹੈ ਇਹ ਵੇਖੋ ਹਾਂ ਅੱਛਾ ਇਹ ਅੰਡੇ ਦੇਣ ਵਾਲੀ ਫੀਡ ਹੈ ਅੰਡੇ ਦੇਣ ਵਾਲੀ ਫੀਡ ਹੈ ਤੁਹਾਨੂੰ ਮੁਰਗੇ ਦੀ ਜ਼ਰੂਰਤ ਕੋਈ ਨਹੀਂ ਅੰਡੇ ਕੋਈ ਮੁਰਗੇ ਦੀ ਜ਼ਰੂਰਤ ਨਹੀਂ ਹੈ ਤੁਹਾਡਾ ਨਾਮ ਕੀ ਆ ਐਡਰੈਸ ਕੀ ਆ ਫਾਰਮ ਕਿੱਥੇ ਆ ਡਿਟੇਲ ਨਾਲ ਦੱਸੋ ਸਰ ਨਾਮ ਮੇਰਾ ਮੁਹੰਮਦ ਫੈਲ ਹੈ ਐਡਰੈਸ ਸਾਡਾ ਵਜ਼ੀਰਾਬਾਦ ਹੈ ਵਜ਼ੀਰਾਬਾਦ ਤੋਂ ਅਹਿਮਦਨਗਰ ਰੋਡ ਤੇ ਅਹਿਮਦ ਪੋਲਟਰੀ ਫਾਰਮ ਦਾ ਬੋਰਡ ਲੱਗੇ ਆ ਜਿਸ ਦੋਸਤ ਨੇ ਆਉਣਾ ਹੋਵੇ ਉਹ ਬਾ ਆਸਾਨੀ ਤਰੀਕੇ ਨਾਲ ਆ ਸਕਦਾ ਮੋਟਰਸਾਈਕਲ ਤੇ ਗੱਡੀ ਤੇ ਜਿਸ ਚੀਜ਼ ਤੇ ਵੀ ਆਉਣਾ ਹੋਵੇ ਉਹ ਸਾਡੇ ਫਾਰਮ ਤੇ ਬਾਹਰ ਰੋਡ ਠੀਕ ਹੈ ਬਿਹਤਰੀਨ ਤਰੀਕੇ ਨਾਲ ਆ ਸਕਦਾ ਕੋਈ ਖੱਚ ਖਰਾਬਾ ਨਹੀਂ ਆ ਫੋਨ ਨੰਬਰ ਸਾਡਾ 0348-44-63-191 0307-8785-711